ਤਾਂ ਅੱਜ ਦੀ ਕਲਾਸ ਵਿੱਚ 10th ਕਲਾਸ ਦੇ ਸਟੂਡੈਂਟਸ ਦੇ ਲਈ ਮੈਂ ਫਸਟ ਚੈਪਟਰ ਆ ਜਿਹੜਾ ਉਹ ਸਟਾਰਟ ਕਰਵਾਉਣ ਲੱਗੀ ਹਾਂ। ਤਾਂ ਬੇਟੇ ਆਪਣਾ ਜਿਹੜਾ ਫਸਟ ਚੈਪਟਰ ਆ 10th ਕਲਾਸ ਦਾ ਉਹ ਹੈ ਰੀਅਲ ਨੰਬਰਸ, ਵਾਸਤਵਿਕ ਸੰਖਿਆਵਾਂ। ਤਾਂ ਵਾਸਤਵਿਕ ਸੰਖਿਆਵਾਂ ਜਾਂ ਨੰਬਰਸ ਦੀ ਜਿਹੜੀ ਜੇ ਤੁਸੀਂ ਜਾਣਕਾਰੀ ਲੈਣੀ ਆ ਤਾਂ ਮੈਂ 6ਵੀਂ 7ਵੀਂ 8ਵੀਂ 9ਵੀਂ ਸਾਰੀ ਕਲਾਸ ਦੀਆਂ ਵੀਡੀਓਜ਼ ਚੈਨਲ 'ਤੇ ਪਾਈਆਂ ਵੀ ਆ। ਤਾਂ ਵਾਰੀ ਵਾਰੀ ਉਹੀ ਗੱਲਾਂ ਦੱਸਣ ਦੀ ਬਜਾਏ, ਕਿਉਂਕਿ ਫਿਰ ਵੀਡੀਓ ਕਾਫੀ ਲੰਬੀ ਹੋ ਜਾਂਦੀ ਆ, ਤਾਂ ਤੁਸੀਂ ਬੇਟਾ ਉਹ ਵੀਡੀਓਜ਼ ਦੇਖ ਕੇ ਆਪਣੇ ਕਨਸੈਪਟ ਆ ਜਿਹੜੇ ਉਹ ਕਲੀਅਰ ਕਰ ਲਿਓ। ਤਾਂ ਆਪਾਂ ਪਹਿਲਾਂ ਅੱਜ ਇੱਕ ਵਾਰੀ ਐਕਸਰਸਾਈਜ਼ ਆ ਜਿਹੜੀ ਉਹ ਸਟਾਰਟ ਕਰ ਲਈਏ। ਤਾਂ ਸਾਡੀ ਬੇਟੇ ਜਿਹੜੀ ਫਸਟ ਐਕਸਰਸਾਈਜ਼ ਆ 1.1 ਐਕਸਰਸਾਈਜ਼, ਬੁੱਕਸ ਤੁਹਾਡੇ ਕੋਲ ਸਾਰਿਆਂ ਕੋਲ ਹੋਣਗੀਆਂ। ਤੁਸੀਂ ਫਸਟ ਚੈਪਟਰ ਆ ਜਿਹੜਾ ਆਪਣਾ ਖੋਲ੍ਹ ਲਓ, ਐਕਸਰਸਾਈਜ਼ 1.1। ਉਹਦਾ ਪਹਿਲਾ ਸਵਾਲ ਆ, ਬਹੁਤ ਹੀ ਈਜ਼ੀ ਜਿਹੜੀ ਹੈਗੀ ਹੈ ਐਕਸਰਸਾਈਜ਼ ਆ। ਤਾਂ ਪਹਿਲਾ ਸਮ ਆ ਸਾਡਾ ਕਿ ਯੂਕਲਿਡ ਥਿਓਰਮ ਤੁਸੀਂ ਯੂਜ ਕਰਕੇ ਐਚ ਸੀ ਐਫ ਫਾਇੰਡ ਕਰਨਾ ਦੋ ਨੰਬਰਸ ਦਾ। ਇੰਗਲਿਸ਼ ਦੇ ਵਿੱਚ ਕੀ ਆ, ਯੂਕਲਿਡਸ ਡਿਵੀਜ਼ਨ ਐਲਗੋਰਿਥਮ ਟੂ ਫਾਇੰਡ ਐਚ ਸੀ ਐਫ। ਯੂਕਲਿਡ ਐਲਗੋਰਿਥਮ ਅਸੀਂ ਥਿਓਰਮ ਆ ਜਿਹੜੀ ਯੂਕਲਿਡ ਡਿਵੀਜ਼ਨ ਐਲਗੋਰਿਥਮ ਆ ਜਿਹੜਾ ਪਹਿਲਾਂ ਸਾਨੂੰ ਉਹਦਾ ਪਤਾ ਹੋਣਾ ਚਾਹੀਦਾ ਬੇਟਾ ਕੀ ਹੁੰਦਾ ਉਹ। ਤਾਂ ਯੂਕਲਿਡ ਐਲਗੋਰਿਥਮ ਕੀ ਆ, ਏ ਇਜ਼ ਇਕੁਅਲ ਟੂ ਬੀ ਕਿਊ ਪਲੱਸ ਆਰ। ਦੇਖੋ ਦੁਬਾਰਾ ਰਿਪੀਟ ਕਰਦੀ ਹਾਂ, ਏ ਇਜ਼ ਇਕੁਅਲ ਟੂ ਬੀ ਕਿਊ ਪਲੱਸ ਆਰ, ਵੇਅਰ ਆਰ ਦੀ ਜਿਹੜੀ ਵੈਲਿਊ ਆ ਉਹ ਕੀ ਆ, ਜਾਂ ਤਾਂ ਉਹ ਜੀਰੋ ਦੇ ਬਰਾਬਰ ਆ, ਠੀਕ ਹੈ, ਇਸ ਸਾਈਨ ਦਾ ਕੀ ਮਤਲਬ ਆ, ਜਾਂ ਤਾਂ ਉਹ ਜੀਰੋ ਦੇ ਬਰਾਬਰ ਆ ਅਤੇ ਜਾਂ ਫਿਰ ਉਹ ਜੀਰੋ ਤੋਂ ਵੱਡੀ ਆ, ਠੀਕ ਹੈ, ਅਤੇ ਬੀ ਤੋਂ ਛੋਟੀ ਆ। ਕਹਿਣ ਦਾ ਮਤਲਬ ਆਰ ਦੀ ਵੈਲਿਊ ਜੀਰੋ ਤੋਂ ਲੈ ਕੇ ਬੀ ਦੇ ਵਿੱਚ ਆ, ਜੀਰੋ ਵੀ ਹੋ ਸਕਦੀ ਆ। ਤਾਂ ਹੁਣ ਆਰ ਹੈ ਕੀ, ਏ ਹੈ ਕੀ, ਬੀ ਕੀ ਆ, ਕਿਊ ਕੀ ਆ, ਮੇਨ ਤਾਂ ਇਹ ਗੱਲ ਆ ਕਿ ਸਾਨੂੰ ਇਹ ਨਹੀਂ ਪਤਾ ਹਲੇ, ਕਿਉਂਕਿ ਅਸੀਂ ਹਜੇ ਐਕਸਰਸਾਈਜ਼ ਸਟਾਰਟ ਕੀਤੀ ਹੈ ਵੀ ਏ ਬੀ ਕਿਊ ਆਰ ਇਹ ਸਾਰਾ ਕੁਝ ਕੀ ਆ। ਤਾਂ ਬੇਟੇ ਇਹਨੂੰ ਮੈਂ ਤੁਹਾਡੀਆਂ ਪਿਛਲੀਆਂ ਕਲਾਸਿਸ ਦੇ ਨਾਲ ਕੋਰਲੇਟ ਕਰੂੰਗੀ। ਬਈ ਪਹਿਲਾਂ ਆਪਾਂ ਕੀਤਾ ਡਿਵੀਡੈਂਡ ਇਜ਼ ਇਕੁਅਲ ਟੂ ਡਿਵਾਈਜ਼ਰ ਇੰਟੂ ਕੋਸ਼ੈਂਟ ਪਲੱਸ ਰਿਮੇਂਡਰ, ਭਾਗਫਲ ਇਜ਼ ਇਕੁਅਲ ਟੂ ਭਾਜਕ ਗੁਣਾ ਭਾਜ ਜਮ੍ਹਾਂ ਬਾਕੀ। ਇਸ ਚੀਜ਼ ਤੋਂ ਤੁਸੀਂ ਜਾਣੂ ਆ, ਤੁਸੀਂ ਪਿਛਲੀਆਂ ਕਲਾਸਾਂ ਦੇ ਵਿੱਚ ਰਿਮੈਂਡਰ ਥਿਓਰਮ ਵੀ ਤੁਸੀਂ ਕੀਤੀ ਸੀ। ਤਾਂ ਇਹ ਭਾਗਫਲ ਕੀ ਹੁੰਦਾ, ਭਾਜਕ ਕੀ ਹੁੰਦਾ, ਭਾਜ ਕੀ ਹੁੰਦਾ, ਬਾਕੀ ਕੀ ਹੁੰਦਾ, ਹੈ ਨਾ, ਇਹ ਤੁਹਾਨੂੰ ਪਤਾ ਇਹ ਚੀਜ਼ਾਂ। ਤਾਂ ਉਹੀ ਇਹ ਚੀਜ਼ ਆ, ਦੇਖੋ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਯਾਦ ਕਰਵਾ ਦਾਂ। ਡਿਵੀਡੈਂਡ ਹੁੰਦਾ ਬੇਟੇ, ਮੰਨ ਲਓ ਅਸੀਂ ਸਾਡੇ ਕੋਲ ਦੋ ਨੰਬਰਸ ਦਿੱਤੇ ਵੇ ਆ, ਜਿਵੇਂ ਸਾਨੂੰ ਦਿੱਤਾ ਵਿਆ ਪਹਿਲੇ ਪਾਰਟ ਦੇ ਵਿੱਚ 135 ਅਤੇ 225। ਜਦੋਂ ਅਸੀਂ ਦੋ ਸੰਖਿਆਵਾਂ ਨੂੰ ਭਾਗ ਕਰਦੇ ਹਾਂ ਤਾਂ ਮੈਂ ਤੁਹਾਨੂੰ ਇੱਕ ਸੌਖੀ ਉਦਾਹਰਣ ਲੈ ਕੇ ਦਿਖਾਉਂਗੀ। ਜਿਵੇਂ ਮੰਨ ਲਓ ਅਸੀਂ 11 ਨੂੰ 2 ਦੇ ਨਾਲ ਭਾਗ ਕਰਨਾ, ਠੀਕ ਹੈ, 5 ਦੂਣੀ 10, ਸਾਡੇ ਕੋਲ 1 ਬਾਕੀ ਆ ਗਿਆ। ਇਹ ਤੁਸੀਂ ਛੋਟੀਆਂ ਕਲਾਸਾਂ ਦੇ ਵਿੱਚ ਇੰਨੀ ਛੋਟੀ ਡਿਵੀਜ਼ਨ ਕਰਦੇ ਹੁੰਦੇ ਸੀ, ਬਾਕੀ ਦਾ ਤੁਹਾਨੂੰ ਪਤਾ। ਤਾਂ ਹੁਣ ਮੈਂ ਤੁਹਾਨੂੰ ਕੋਰਲੇਟ ਕਰਕੇ ਦਿਖਾਉਂਗੀ। ਜਿਹੜਾ ਸੀਗਾ 11, ਮਤਲਬ ਕਿ ਜਿਹਨੂੰ ਅਸੀਂ ਭਾਗ ਕਰਨ ਦੇ ਲਈ ਵਿੱਚ ਰੱਖਿਆ ਸੀ ਉਹਨੂੰ ਕਹਿੰਦੇ ਆ ਭਾਗਫਲ, ਇੰਗਲਿਸ਼ ਦੇ ਵਿੱਚ ਉਹਨੂੰ ਕਹਿੰਦੇ ਆ ਡਿਵੀਡੈਂਡ। ਧਿਆਨ ਨਾਲ ਬੇਟਾ ਤੁਸੀਂ ਜਦੋਂ ਇਹਨੂੰ ਸਮਝ ਕੇ ਕਰੋਗੇ ਤੁਹਾਨੂੰ ਆ ਜਾਣੇ ਆ, ਬਹੁਤ ਹੀ ਈਜ਼ੀ ਸਮ ਆ ਇਹ। ਫਿਰ ਇਹਦੇ ਤੋਂ ਤਾਂ ਬਹੁਤ ਹੀ ਚੰਗੀ ਤਰ੍ਹਾਂ ਤੁਸੀਂ ਜਾਣੂ ਆ ਬਾਕੀ, ਜਿਹਨੂੰ ਆਪਾਂ ਕਹਿ ਦਿੰਦੇ ਇੰਨਾ ਬਾਕੀ ਬਚ ਗਿਆ, ਇੰਗਲਿਸ਼ ਵਿੱਚ ਆਪਾਂ ਇਹਨੂੰ ਕਹਿ ਦਿੰਦੇ ਹਾਂ ਰਿਮੇਂਡਰ। ਕਲੀਅਰ ਆ ਸਾਰਿਆਂ ਨੂੰ, ਠੀਕ ਹੈ, ਤਾਂ ਇਹ ਹੋ ਗਿਆ ਰਿਮੇਂਡਰ। ਅਤੇ ਹੁਣ ਜਿਹਦੇ ਨਾਲ ਅਸੀਂ ਭਾਗ ਕਰਦੇ ਹਾਂ ਇਹ ਹੈ ਡਿਵਾਈਜ਼ਰ, ਜਿਹਨੂੰ ਅਸੀਂ ਕਹਿੰਦੇ ਹਾਂ ਭਾਜਕ। ਅਤੇ ਬੇਟਾ ਜਿਹੜਾ ਇਹ ਸਾਡਾ ਭਾਗ ਕਰਕੇ ਉੱਤਰ ਆ ਜਾਂਦਾ ਵੀ ਇੰਨਾ ਉੱਤਰ ਆਇਆ, ਤਾਂ ਇਹਨੂੰ ਅਸੀਂ ਕਹਿੰਦੇ ਹਾਂ ਕੋਸ਼ੈਂਟ, ਠੀਕ ਹੈ। ਤਾਂ ਇੰਗਲਿਸ਼ ਦੇ ਵਿੱਚ ਆਪਾਂ ਇਹਨੂੰ ਕੀ ਕਹਿੰਦੇ ਹਾਂ, ਭਾਜ।
क्लीयर आ सारे बच्चों जिहड़ा आंसर आ गया उन्हूं कहिंदे आ भाज। तां कोशेंट नूं असीं सिंपली क्यू दे नाल भी डिनोट कर दिंदे आ। तां हुण वेखो 11 हो गया डिविडेंड मतलब भागफल, 5 हो गया कोशेंट मतलब भाज, 2 हो गया डिवाइजर मतलब भाजक, ते 1 हो गया रिमेंडर यानी कि बाकी। ठीक है, तो हुण इहदे विच देखो हुण आपां इहनूं यूक्लिड एलगोरिथम दे नाल किवें असीं इहनूं जोड़दे हाँ। ये साडा की आ भागफल मीन्स डिविडेंड, फिर उस तो बाद बी, बी की अपना दसो। हाँ जी, ये ना कोरलेट करो बी, तो बी साडा की है बेटे भाजक। डिवाइजर क्यों भाज मतलब कोशेंट, ते आर हो गया साडा बाकी मतलब कि रिमेंडर। तां बेटा क्लीयर हो गया कंसैप्ट तुहानू सारिआं नूं कि यूक्लिड एलगोरिथम थ्योरम की आ। ए इज इक्वल टू बी क्यू प्लस आर, जे तुहानू कोई भी पुछदा तां तुहानू पता होना चाहीदा वी यूक्लिड एलगोरिथम थ्योरम हैगी आ ए इज इक्वल टू बी क्यू प्लस आर। इहदे विच आर दी वैल्यू किदे किदे विच लाई करदी आ, 0 ते बी दे विच। ठीक है, बी जिहड़ी बी तो हमेशा आर दी वैल्यू आ जिहड़ी ओह छोटी होगी ते 0 तो वड्डी होगी या 0 दे बराबर होगी। तो सारे बच्चों ने यह जिहड़ी थ्योरम हैगी आ इहनू चंगी तरह तुसीं याद कर लेना। क्लीयर आ सारे बच्चों? तो हुण असीं बेटा अगला जिहड़ा साडा सम आ फस्ट वो करांगे। तो असीं यूक्लिड एल्गोरिथम थ्योरम लाउणी आ, तो असीं पहलां इत्थों ही शुरू कर लीए। तो आपां पहलां वेखणा भी दोवां नंबर्स दे विच, इत्थे आ भी आपां लिख लीए भी 0 दी वैल्यू आर दी वैल्यू कादे विच लाई करदी है। तो हुण असीं 135 ते 225 असीं ये वेखणा भी दोनों दे विच्चों भागफल असीं किहनूं लैणा। तो 10th क्लास विच्चों बेटा तुहानू पता ही होना चाहिए कि जिहड़ी जिहड़ा भी नंबर वड्डा हुंदा तां असीं उहनूं भागफल उहनूं असीं डिविडेंड लैणा। तो साडे कोले 135 ते 225 दे विच्चों वड्डा नंबर हैगा 225, तो इहदा मतलब साडी ए दी वैल्यू किन्नी होगी हुण 225। ए दी जगह ते असीं लिखता 225, तो बी नैचुरली किन्नी होगी 135। तो हुण असीं क्यू वेखना साडा किन्ना आया, तो उहदे लई असीं एक साइड ते भाग करांगे डिवीजन करांगे 225 नूं 135 दे नाल। ठीक है, तो ये जाऊगा 1 ते ਤਾਂ ਸਾਡਾ ਬੇਟੇ ਦੇਖੋ ਹੁਣ 90 ਆ ਜਿਹੜਾ 135 ਤੋਂ ਛੋਟਾ ਆ ਗਿਆ, ਇਟ ਮੀਨਸ ਜਿਹੜਾ ਕਿਊ ਦੀ ਵੈਲਿਊ ਸਾਡੀ ਕਿੰਨੀ ਆ ਗਈ 90। ਤਾਂ ਹੁਣ ਬੀ ਕਿਊ ਦਾ ਮਤਲਬ ਕੀ ਆ, ਬੀ ਮਲਟੀਪਲਾਈ ਕਿਊ, ਤਾਂ ਅਸੀਂ ਲਿਖਤਾ ਗੁਣਾ ਇਹ ਰਿਮਾਇੰਡਰ 1। ਸਾਡਾ ਜਿਹੜਾ 135 ਦੇ ਨਾਲ ਜਦੋਂ ਅਸੀਂ 225 ਨੂੰ ਡਿਵਾਈਡ ਕੀਤਾ ਸਾਡਾ ਆਨਸਰ ਆ ਗਿਆ 1। प्लस रिमेंडर, रिमेंडर साडा किन्ना आ गया 90। ठीक है, तो हुण असीं इहनूं इवें कॉन्टीन्यू करांगे। हुण असीं की करना 135 नूं ब्रैकेट दे विच रख लेना, डिवाइड भागफल बना लेना, डिविडेंड बना लेना, ते 90 दे नाल जिहड़ा कि साडा रिमेंडर आया सी उहदे नाल हुण असीं इहनूं भाग करांगे। ठीक है, तो हुण ये फिर किन्ने ते जाऊगा बेटा 1 ते, ਤਾਂ ਹੁਣ ਸਾਡੇ ਕੋਲ ਆ ਗਿਆ 45 ਰਿਮਾਇੰਡਰ ਆ ਗਿਆ। ਤਾਂ ਫਿਰ ਆਪਾਂ ਇਹਨੂੰ ਯੂਕਲਿਡ ਐਲਗੋਰਿਦਮ ਦੇ ਫੋਰਮ ਵਿੱਚ ਲਿਖ ਲਈਏ। ਹੁਣ ਸਾਡਾ ਭਾਗਫਲ ਕਿੰਨਾ ਸੀ 135। ਠੀਕ ਹੈ, ਸਾਡਾ ਜਿਹੜਾ ਸੀਗਾ
ਭਾਜਕ ਜਿਹਨੂੰ ਅਸੀਂ ਬੀ ਕਹਿੰਦੇ ਹਾਂ, ਜਿਹਨੂੰ ਅਸੀਂ ਡਿਵਾਈਜ਼ਰ ਕਹਿੰਦੇ ਹਾਂ, ਮਤਲਬ ਜਿਹਦੇ ਨਾਲ ਅਸੀਂ ਭਾਗ ਕੀਤਾ ਸੀ, ਉਹ ਆ ਗਿਆ 90 ਗੁਣਾ ਕਿਊ ਦੀ ਵੈਲਿਊ ਸਾਡੀ ਕਿੰਨੀ ਆ ਗਈ ਫਿਰ 1 ਪਲੱਸ ਰਿਮਾਈਂਡਰ ਸਾਡਾ ਕਿੰਨਾ ਆਇਆ 45। ਤਾਂ ਹੁਣ ਫਿਰ ਅਸੀਂ ਕੀ ਕੀਤਾ, ਜਿਹੜਾ ਸਾਡਾ ਪਹਿਲਾਂ ਰਿਮਾਈਂਡਰ ਆਇਆ ਸੀ ਹੁਣ ਅਸੀਂ ਫਿਰ ਉਹਨੂੰ ਉਹ 45 ਦੇ ਨਾਲ ਜਿਹੜਾ ਸਾਡਾ ਹੁਣ ਰਿਮਾਈਂਡਰ ਆਇਆ ਭਾਗ ਕਰ ਦੇਣਾ। ਤਾਂ ਹੁਣ ਇਹ ਗਿਆ 2 'ਤੇ। ਤਾਂ ਦੇਖੋ ਜਦੋਂ ਅਸੀਂ 90 ਨੂੰ 45 ਨਾਲ ਭਾਗ ਕੀਤਾ ਤਾਂ ਸਾਡਾ ਜਿਹੜਾ ਆਂਸਰ ਆ ਰਿਮਾਈਂਡਰ ਆ ਜਿਹੜਾ ਉਹ ਕੀ ਆ ਗਿਆ 0। ਕ੍ਰੋਸ ਦਾ ਮਤਲਬ 0। ਤਾਂ ਹੁਣ ਅਸੀਂ ਫਿਰ ਇਹਨੂੰ ਲਿਖਾਂਗੇ ਆਪਣੀ ਥਿਓਰਮ ਦੇ ਫੋਰਮ 'ਚ। ਹੁਣ ਸਾਡਾ ਏ ਕਿੰਨਾ ਬਣ ਗਿਆ 90 ਇਜ਼ ਇਕੁਅਲ ਟੂ ਸਾਡਾ ਹੁਣ ਬੀ ਕਿਹੜਾ ਸੀ ਜਿਹਦੇ ਨਾਲ ਅਸੀਂ ਭਾਗ ਕੀਤਾ ਸੀ 45। ਕੋਸ਼ੈਂਟ ਸਾਡਾ ਆਂਸਰ ਕਿੰਨਾ ਆਇਆ 2 ਪਲੱਸ ਰਿਮਾਈਂਡਰ ਸਾਡਾ ਕਿੰਨਾ ਆਇਆ 0। ਤਾਂ ਬੇਟਾ ਜਿੱਥੇ ਜਾ ਕੇ ਸਾਡਾ ਰਿਮਾਈਂਡਰ 0 ਆ ਗਿਆ ਤਾਂ ਉੱਥੇ ਸਾਡਾ ਸਾਮਾ ਜਿਹੜਾ ਉਹ ਖਤਮ ਹੋ ਜਾਣਾ। ਉੱਥੇ ਜਾ ਕੇ ਸਾਨੂੰ ਆਪਣਾ ਐਚ ਸੀ ਐਫ ਆ ਜਿਹੜਾ ਸਾਡਾ ਮੇਨ ਸਵਾਲ ਸੀ, ਅਸੀਂ ਐਚ ਸੀ ਐਫ ਫਾਇੰਡ ਕਰਨਾ ਸੀ, ਉਹ ਮਿਲ ਜੂਗਾ। ਤਾਂ ਹੁਣ ਗੱਲ ਆ ਗਈ ਕਿ ਐਚ ਸੀ ਐਫ ਹੈ ਕਿਹੜਾ। ਤਾਂ ਐਚ ਸੀ ਐਫ ਬੇਟੇ ਸਾਡਾ ਹੁਣ ਜਿੱਥੇ ਜਾ ਕੇ ਸਾਡਾ ਭਾਜਕ ਸੀਗਾ ਜਿਹੜਾ ਉਹਨੇ ਰਿਮਾਈਂਡਰ 0 ਲਿਆਂਦਾ ਉਹ ਸਾਡਾ ਐਚ ਸੀ ਐਫ ਆ। ਤਾਂ ਹੁਣ ਸਾਡਾ ਐਚ ਸੀ ਐਫ ਇੱਥੇ ਕਿੰਨਾ ਆ ਗਿਆ 45। ਤਾਂ ਇਹ ਸਾਨੂੰ ਆਂਸਰ ਆਪਣੇ ਜਿਹੜਾ ਫਸਟ ਪਾਰਟ ਆ ਉਹਦਾ ਮਿਲ ਗਿਆ। ਠੀਕ ਹੈ, ਤਾਂ ਇਸ ਤਰ੍ਹਾਂ ਬੇਟੇ ਤੁਸੀਂ ਇਸ ਕੁਸਚਨ ਨੂੰ ਇੱਕ ਵਾਰੀ ਆਪ ਕਰਕੇ ਦੇਖੋਗੇ ਤਾਂ ਤੁਹਾਨੂੰ ਸਾਰਾ ਕਲੀਅਰ ਹੋ ਜੂਗਾ ਕਨਸੈਪਟ। ਸਾਰੇ ਬੱਚੇ ਇਸ ਕੁਸਚਨ ਨੂੰ ਧਿਆਨ ਨਾਲ ਇਹ ਜਿਹੜੀ ਡਿਟੇਲ ਆ ਆਪਣੀ ਕਾਪੀ 'ਤੇ ਹੀ ਨੋਟ ਕਰਨੀ ਹੈ, ਇਹ ਵੀ ਸਾਈਡ 'ਤੇ ਲਾਈਨ ਲਗਾ ਕੇ, ਅਤੇ ਇਹ ਜਿਹੜੀ ਭਾਗ ਆ ਇਹ ਵੀ ਨਾਲ ਕਰਨੀ ਆ। ਜਦੋਂ ਆਪਾਂ ਅਗਲਾ ਕੁਸਚਨ ਕਰਾਂਗੇ ਤਾਂ ਤੁਹਾਨੂੰ ਸਾਰਾ ਕਨਸੈਪਟ ਆ ਜਿਹੜਾ ਬਹੁਤ ਚੰਗੀ ਤਰ੍ਹਾਂ ਕਲੀਅਰ ਹੋ ਜੂਗਾ। ਠੀਕ ਹੈ, ਤਾਂ ਪਹਿਲਾਂ ਤੁਸੀਂ ਇਹ ਕੁਸਚਨ ਕਰੋ ਬੇਟਾ, ਫਿਰ ਆਪਾਂ ਨੈਕਸਟ ਕੁਸਚਨ ਸਟਾਰਟ ਕਰਦੇ ਹਾਂ। ਆਪਾਂ ਸੈਕਿੰਡ ਕੁਸਚਨ ਆ ਜਿਹੜਾ ਸੈਕਿੰਡ ਪਾਰਟ ਆਪਣੀ ਐਕਸਰਸਾਈਜ਼ ਦਾ, ਫਸਟ 1.1 ਐਕਸਰਸਾਈਜ਼ ਦੇ ਫਸਟ ਕੁਸਚਨ ਦਾ ਸੈਕਿੰਡ ਪਾਰਟ ਉਹਦੇ ਕਰਾਂਗੇ ਸੋਲਵ। ਯੂਕਲਿਡ ਥਿਓਰਮ ਯੂਜ਼ ਕਰਨੀ ਆ ਅਸੀਂ ਇਹਦੇ ਵਿੱਚ ਵੀ। ਤਾਂ ਇਹਨੂੰ ਯੂਕਲਿਡ ਲੈਮਾ ਵੀ ਕਿਹਾ ਜਾਂਦਾ ਬੇਟੇ ਇੰਗਲਿਸ਼ ਦੇ ਵਿੱਚ। ਤਾਂ ਜਿਵੇਂ ਕਿ ਆਪਾਂ ਪਹਿਲਾਂ ਪਿਛਲੇ ਕੁਸਚਨ ਵਿੱਚ ਮੈਂ ਤੁਹਾਨੂੰ ਸਮਝਾ ਕੇ ਹਟੀ ਹਾਂ ਕਿ ਯੂਕਲਿਡ ਲੈਮਾ ਜਿਹੜਾ ਉਹ ਕੀ ਹੁੰਦਾ। ਤਾਂ ਯੂਕਲਿਡ ਲੈਮਾ ਆਪਾਂ ਇੱਕ ਵਾਰੀ ਲਿਖ ਲਈਏ ਫਿਰ, ਏ ਇਜ਼ ਇਕੁਅਲ ਟੂ ਬੀ ਕਿਊ ਪਲੱਸ ਆਰ, ਅਤੇ ਆਰ ਦੀ ਜਿਹੜੀ ਵੈਲਿਊ ਆ ਉਹ 0 ਅਤੇ ਬੀ ਦੇ ਵਿੱਚ ਲਾਈ ਕਰਦੀ ਹਾਂ, ਅਤੇ 0 ਵੀ ਹੋ ਸਕਦੀ ਆ। ਠੀਕ ਹੈ, ਤਾਂ ਹੁਣ ਦੇਖੋ ਬੇਟੇ ਆਪਾਂ ਕਿਵੇਂ ਸਟਾਰਟ ਕਰਨਾ ਸੀਗਾ ਇਸ ਕੁਸਚਨ ਨੂੰ। ਸਾਡੇ ਕੋਲ ਹੁਣ ਏ ਦੀ ਵੈਲਿਊ ਦੱਸੋ ਕਿੰਨੀ ਆ, ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਫਸਟ ਸਮ ਕਰਨ ਤੋਂ ਬਾਅਦ। ਏ ਦੀ ਵੈਲਿਊ ਸਾਡੇ ਕੋਲ ਹੈਗੀ ਆ 38,220 ਇਜ਼ ਇਕੁਅਲ ਟੂ ਬੀ ਕਿੰਨਾ 196। ਹੁਣ ਕਿਊ ਅਤੇ ਆਰ ਦੀ ਜਿਹੜੀ ਵੈਲਿਊ ਆ ਉਹ ਆਪਾਂ ਪਤਾ ਕਰੀਏ। ਤਾਂ ਚਲੋ ਡਿਵੀਜ਼ਨ ਸ਼ੁਰੂ ਕਰਦੇ ਹਾਂ। 38,220 ਨੂੰ ਅਸੀਂ ਡਿਵਾਈਡ ਕਰਨਾ 196 ਦੇ ਨਾਲ। ਠੀਕ ਹੈ, ਤੁਸੀਂ ਆਪਣੀਆਂ ਨੋਟਬੁੱਕਸ 'ਤੇ ਡਿਵੀਜ਼ਨ ਕਰੋਗੇ ਸਾਰੇ ਆਪਣੇ ਆਪ ਕਰਕੇ ਦੇਖੋਗੇ। ਤਾਂ ਇਹ ਪਹਿਲਾਂ ਜਾਊਗਾ 1 'ਤੇ, ਹੁਣ ਕਿੰਨਾ ਆ ਗਿਆ ਰਿਮਾਈਂਡਰ ਤਾਂ ਹਜੇ ਬਾਅਦ 'ਚ ਆਊਗਾ, ਪਹਿਲਾਂ ਆਪਾਂ ਇਹਨਾਂ ਦੀ ਮਾਈਨਸ ਕਰਕੇ ਵੇਖ ਲਈਏ। ਹਜੇ ਸਾਡੇ ਕੋਲ ਰਕਮ ਖਤਮ ਨਹੀਂ ਹੋਈ ਬੇਟਾ, ਇਹਨੂੰ ਅਸੀਂ ਰਿਮਾਈਂਡਰ ਨਹੀਂ ਮੰਨ ਲੈਣਾ। ਹੁਣ ਅਸੀਂ ਉੱਪਰੋਂ ਜਿਹੜਾ ਹੈਗਾ 2 ਉਹ ਉਤਾਰ ਲਿਆ, ਹੁਣ ਅਸੀਂ ਫਿਰ 196 ਨੂੰ ਦੇਖਾਂਗੇ ਵੀ ਕਿੰਨੇ 'ਤੇ ਜਾਊਗਾ, ਵੀ 1862 ਤੋਂ ਜਿਹੜੀ ਛੋਟੀ ਸੰਖਿਆ ਸਾਨੂੰ ਮਿਲ ਜੇ ਤਾਂ ਆਪਾਂ 9 ਦੇ ਨਾਲ ਇਹਨੂੰ ਮਲਟੀਪਲਾਈ ਕਰਕੇ ਦੇਖ ਲਈਏ। ਬਾਅਦ 1764, ਤਾਂ ਆਪਾਂ ਇੱਥੇ 1764 ਲਗਾ ਲਈਏ, ਇੱਥੇ ਲਗਾ ਲਈਏ, ਰਹਿ ਗਏ 7 'ਚੋਂ 7 ਮਾਈਨਸ ਕੀਤੇ 0। ਹੁਣ ਸਾਡੇ ਕੋਲ 1 0 ਹੋਰ ਪਈ ਆ, ਅਸੀਂ ਉਹ ਉਤਾਰ ਲਾਂਗੇ।
ਤਾਂ ਹੁਣ ਜਦੋਂ ਅਸੀਂ 196 ਦੇਖੋ 6 5 30 ਅਸੀਂ ਪੰਜ ਸਾਡੇ ਲਾਸਟ ਦੇ ਵਿੱਚ ਜ਼ੀਰੋ ਆਉਂਦੀ ਆ ਤਾਂ ਅਸੀਂ ਉਹੀ ਟੇਬਲ ਲਿਆ ਜਿੱਥੇ ਸਾਨੂੰ ਲਾਸਟ ਦੇ ਵਿੱਚ ਜ਼ੀਰੋ ਮਿਲਦੀ ਪਈ ਆ ਤਾਂ 980 ਠੀਕ ਹੈ ਤਾਂ ਸਾਡਾ ਰਿਮਾਈਂਡਰ ਆ ਜਿਹੜਾ ਜ਼ੀਰੋ ਆ ਗਿਆ ਇੱਥੇ ਆ ਗਿਆ 5 ਤਾਂ ਹੁਣ ਅਸੀਂ ਆਪਣੀ ਜਿਹੜਾ ਇਹਨੂੰ ਅੱਗੇ ਕੰਪਲੀਟ ਕਰੀਏ 38,220 ਸੀ ਸਾਡਾ ਏ ਬੀ ਸੀ ਸਾਡਾ 196 ਕਿਊ ਸਾਨੂੰ ਕਿੰਨਾ ਮਿਲ ਗਿਆ ਬੇਟਾ 195 ਪਲੱਸ ਆਰ ਕਿੰਨਾ ਸਾਡਾ ਰਿਮਾਈਂਡਰ ਆ ਗਿਆ ਜ਼ੀਰੋ ਤਾਂ ਜਿੱਥੇ ਜਾ ਕੇ ਜ਼ੀਰੋ ਆ ਗਈ ਉੱਥੇ ਹੀ ਸਾਡਾ ਜਿਹੜਾ ਕੁਸਚਨ ਆ ਉਹ ਖਤਮ ਹੋ ਜਾਣਾ ਤਾਂ ਹੁਣ ਸਾਨੂੰ ਆਪਣਾ ਐਚ ਸੀ ਐਫ ਮਿਲ ਗਿਆ ਐਚ ਸੀ ਐਫ ਕਿਹੜਾ ਬੇਟਾ ਸਾਡਾ ਜਿਹਦੇ ਨਾਲ ਡਿਵਾਈਡ ਕਰਨ ਵੇਲੇ ਹੀ ਸਾਨੂੰ ਜ਼ੀਰੋ ਮਿਲ ਗਈ ਤਾਂ ਅਸੀਂ 196 ਨਾਲ ਹੀ ਭਾਗ ਕੀਤਾ ਸੀ ਤਾਂ ਉੱਥੇ ਹੀ ਸਾਡੀ ਜਿਹੜਾ ਸਾਨੂੰ ਰਿਮਾਈਂਡਰ ਆ ਉਹ ਜ਼ੀਰੋ ਮਿਲ ਗਿਆ ਕਿਉਂਕਿ ਹਜੇ ਰਕਮ ਇੱਥੇ ਜਾ ਕੇ ਖਤਮ ਹੋਈ ਆ ਠੀਕ ਹੈ ਤਾਂ ਇਹਦਾ ਮਤਲਬ ਸਾਡਾ ਐਕਸ ਸੀ ਐਫ ਆ ਜਿਹੜਾ ਉਹ ਕਿੰਨਾ ਆ ਗਿਆ 196 ਤਾਂ ਇਹ ਸਾਡਾ ਸੈਕਿੰਡ ਜਿਹੜਾ ਪਾਰਟ ਆ ਉਹਦਾ ਆਨਸਰ ਆ ਗਿਆ 196 ਐਚ ਸੀ ਐਫ ਸਾਨੂੰ ਮਿਲ ਗਿਆ 196 ਠੀਕ ਹੈ ਬੇਟਾ ਤਾਂ ਹੁਣ ਜਿਹੜਾ ਥਰਡ ਪਾਰਟ ਆ ਉਹ ਤੁਹਾਡਾ ਹੋਮਵਰਕ ਆ ਉਹ ਤੁਸੀਂ ਆਪਣੇ ਆਪ ਕਰੋਗੇ ਸਾਰੇ ਬੱਚੇ ਥੈਂਕ ਯੂ ਬੇਟਾ